ਗੁਰਦਾਸਪੁਰ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸਿੱਧਪੁਰ ਦਾ ਇੱਕ ਨੌਜਵਾਨ ਸੁਖਦੇਵ ਸਿੰਘ ਕਿਸੇ ਕੰਮ ਲਈ ਘਰ ਤੋਂ ਨਿਕਲਿਆ ਤਾਂ ਰਾਤ ਦੇ ਸਮੇਂ ਇੱਕ ਟਰੱਕ ਨੇ ਉਸਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜ਼ਿਕਰਯੋਗ ਹੈ ਕਿ ਰਾਤ ਦੇ ਸਮੇਂ ਟਰੱਕ ਦੀ ਹੈੱਡਲਾਈਟ ਵੀ ਬੰਦ ਸੀ, ਜਿਸ ਦਾ ਕਾਰਨ ਸੀ ਕਿ ਟਰੱਕ ਵਿੱਚ ਗੈਰ ਕਾਨੂੰਨੀ ਰੇਤ ਬਜਰੀ ਭਰੀ ਹੋਈ ਸੀ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਵੱਡੇ ਲੈਵਲ ਤੇ ਹੋ ਰਹੀ ਹੈ, ਜਿਸ ਦੀਆਂ ਕਈ ਸ਼ਿਕਾਇਤਾਂ ਪ੍ਰਸ਼ਾਸਨ ਨੂੰ ਦਿੱਤੀਆਂ ਜਾ ਚੁੱਕੀਆਂ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਉਧਰ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਪਰਿਵਾਰਕ ਮੈਂਬਰ ਹਾਲੇ ਤੱਕ ਸਦਮੇ ਵਿੱਚ ਹਨ। ਪਰਿਵਾਰ ਦਾ ਆਰੋਪ ਹੈ ਕਿ ਪੁਲਿਸ ਆਰੋਪੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ, ਜਦਕਿ ਥਾਣਾ ਮੁਖੀ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਬਾਹਰ ਹਨ, ਪਰ ਮਾਮਲਾ ਉਹਨਾਂ ਦੇ ਧਿਆਨ ਅੰਦਰ ਹੈ। ਕਰਦੇ ਹੈਗੇ ਵੇਲੇ ਕੇ ਵੇਲੇ, ਅਤੇ ਮੈਂ ਆਪਣੇ ਭਰਾ ਨਾਲ ਆ ਰਿਹਾ ਸੀ, ਮਤਲਬ ਕਿ ਅਤੇ ਉਹ ਮੇਰੇ ਅੱਗੇ ਅੱਗੇ ਸੀ, ਮੈਂ ਉਹਦੇ ਪਿੱਛੇ ਪਿੱਛੇ, ਮਤਲਬ ਕਿ ਅੱਗੇ ਇਹ ਹਨੇਰੇ ਦੇ ਵਿੱਚ ਜਿਹੜਾ ਲੈਟਾਂ ਲੁੱਟਾਂ ਹੁੰਦੀਆਂ ਨਹੀਂ, ਅਤੇ ਮੇਰੇ ਦੇਖਦੇ ਦੇਖਦੇ ਜੀ ਇਹਨਾਂ ਨੇ ਟਿੱਪਰ ਜਦੋਂ ਇੱਕਦਮ ਗਲਤ ਪਾਸੇ ਨੂੰ ਮੋੜਿਆ, ਤਾਂ ਉਸ ਨਾਲ ਮੇਰੇ ਭਰਾ ਦੇ ਨਾਲ ਐਕਸੀਡੈਂਟ ਹੋ ਗਿਆ, ਕਿਉਂਕਿ ਰਾਤ ਨੂੰ ਇਹ ਮਾਲ ਚੋਰੀ ਕਰਦਾ ਹੈ। ਪਹਿਲਾਂ ਕਾਫੀ ਹਾਦਸੇ ਵਾਪਰੇ ਆ। ਮੈਨੇਜਿੰਗ ਅਫਸਰ ਨੂੰ, ਬੀਡੀਓ ਨੂੰ, ਅਤੇ ਆਪਣੇ ਡੀਸੀ ਸਾਹਿਬ ਨੂੰ, ਡੀਡੀਓਪੀਓ ਨੂੰ, ਸਾਰਿਆਂ ਨੂੰ ਮੈਂ ਰਜਿਸਟਰੀ ਆਪਣੇ ਸਪੀਡ ਪੋਸਟ ਕੱਢੇ। ਅਜੇ ਤੱਕ ਮੈਨੂੰ ਕਿਸੇ ਦਾ ਵੀ ਕੋਈ ਜਵਾਬ ਨਹੀਂ ਆਇਆ, ਨਾ ਕੋਈ ਕਾਰਵਾਈ ਹੋਈ ਆ। ਇਹ ਲਗਾਤਾਰ ਰਾਤ ਨੂੰ ਮੈਨੇਜਿੰਗ ਚੱਲਦੀ ਆ ਅਤੇ ਸਾਰਾ ਪੁੱਟ ਕੇ ਲੈ ਜਾਂਦੇ ਆ। ਦੀਨਾਨਗਰ ਤੋਂ ਦੀਪਕ ਕੁਮਾਰ, ਖਬਰ ਹਰਪਲ ਇੰਡੀਆ ਲਈ।